लो जी, मैं कदे अपने दोस्तों नूं बाला इंतजार नहीं करवाया। मैं तुहानू लै के हाजिर हाँ टक्की साहब दे जंगल दे विच। ये जिला लुधियाणा ते मकसूदड़े दे विच पै जांदा जंगल। 100 सवा 100 एकड़ दा रकबा होगा, कोई पक्का नहीं कह सकदा, तकरीबन इन्ना होगा। उत्थे तक्के ईमू, एक बाबा जी हुणा दी हाथणी रखी आ, इहदी उम्र तकरीबन 60 साल आ, मतलब 1-2 साल इधर उधर हो सकदी है। हिरन रोज़ इत्थों दे जिहड़े मुख सेवादार आ उह बाबा दर्शन सिंह जी आ, ते इत्थों दे जिहड़े जानवर अज तुहानूं दिखाउणे आ ना, उह दिखाउणे आ मेन घोड़े। ਬਖਸ਼ੀਆਂ ਸਰਦਾਰੀਆਂ ਸਾਂਭ ਕੇ ਰੱਖੋ ਸਿੱਖੋ, ਬਖਸ਼ੀਆਂ ਸਰਦਾਰੀਆਂ ਸਾਂਭ ਕੇ ਰੱਖੀ ਸਿੱਖੋ ਦੀ ਸੰਗਤ। ਇਹ ਘੋੜੇ ਵਿਰਲਾ ਟਾਵਾਂ ਸਮਾਂ ਆਉਂਦਾ ਜਦੋਂ ਆਮ ਜਨਤਾ ਦੇ ਵਿੱਚ, ਆਮ ਸੰਗਤ ਦੇ ਵਿੱਚ ਇਹਨਾਂ ਨੂੰ ਨਿਕਲਣ ਦਾ ਮੌਕਾ ਮਿਲਦਾ, ਜਦੋਂ ਆਮ ਸੰਗਤ ਇਹਨਾਂ ਦੇ ਦਰਸ਼ਨ ਕਰਦੀ ਹੈ ਇਹ ਘੋੜਿਆਂ ਦੇ। ਅਤੇ ਅੱਜ ਤੁਹਾਨੂੰ ਐਵੇਂ ਕਹਿ ਲਓ ਕਿ ਖੁੱਲ੍ਹਾ ਸਮਾਂ ਦੇਣਾ ਇਹਨਾਂ ਨੂੰ ਨਿਹਾਰਨ ਦਾ, ਇਹਨਾਂ ਨੂੰ ਵੇਖਣ ਦਾ। ਘੋੜੇ ਬਹੁਤ ਹੀ ਚੰਗੇ ਘੋੜੇ, ਦਰਸ਼ਨੀ ਘੋੜੇ ਰੱਖੇ ਹੋਏ ਆ। ਥੈਂਕ ਯੂ ਕਰਦੇ ਹਾਂ, ਧੰਨਵਾਦ ਕਰਦੇ ਹਾਂ ਬਾਬਾ ਕੜਾਕਾ ਸਿੰਘ ਜੀ ਹੁਣਾਂ ਦਾ ਅਤੇ ਨਾਲ ਦੇ ਸੇਵਾਦਾਰਾਂ ਦਾ, ਜਿਨ੍ਹਾਂ ਨੇ ਸਾਨੂੰ ਸਤਿਕਾਰ ਦਿੱਤਾ ਅਤੇ ਸਾਨੂੰ ਉਹ ਜਿਹੜੇ ਜਾਨਵਰ ਦਿਖਾਏ, ਉਹ ਘੋੜੇ ਵਿਖਾਏ ਜਿਹੜੇ ਮਤਲਬ ਬਾਬਾ ਜੀ ਹੁਣਾਂ ਦੇ ਐਨ ਅੰਦਰ, ਜਿਵੇਂ ਆਪਾਂ ਕਹਿ ਨਹੀਂ ਦਿੰਦੇ ਹੁੰਦੇ ਵੀ ਕਿਸੇ ਨੂੰ ਸੋਨੇ ਦੀ ਡੱਬੀ 'ਚ ਬੰਦ ਕਰਕੇ ਰੱਖਣ ਵਾਲੀ ਗੱਲ, ਵੀ ਉਵੇਂ ਬੰਦ ਕਰਕੇ ਰੱਖੇ ਹੋਏ ਸੀਗੇ। ਅਤੇ ਇਹ ਸਾਰੇ ਐਨ ਅਸੀਂ ਨਿਹਾਲ ਹੋ ਗਏ, ਅਸੀਂ ਵੇਖ ਕੇ ਵੀ ਵਾਕਿਆ ਜੇ ਸੰਭਾਈ ਕੀਤੀ ਆ, ਵੀ ਅਸੀਂ ਕਿਹੜਾ ਬਾਬਿਆਂ ਨੂੰ ਦੱਸ ਕੇ ਗਏ ਸੀ ਅਤੇ ਐਨ ਬੇਦਾਗ, ਐਂ ਥੋੜ੍ਹਾ ਵੀ ਲਿਬੜੇ ਤਿਬੜੇ ਜੇ ਖੜ੍ਹੇ ਆ ਜਾਂ ਕੋਈ ਗੱਲਬਾਤ ਆ, ਐਨ ਐਂ ਬੇਦਾਗ ਪਏ ਸੀਗੇ ਜਾਨਵਰ। ਅਤੇ ਸਭ ਤੋਂ ਵੱਡੀ ਗੱਲ ਇੱਕ ਤੁਹਾਨੂੰ ਹੋਰ ਇਸ ਜਗ੍ਹਾ ਦੀ ਦੱਸ ਦਿੰਦਾ ਕਿ ਤੁਹਾਨੂੰ ਇੱਥੇ ਕੋਈ ਕਾਂ ਮਿਲੇ, ਤੁਹਾਨੂੰ ਇੱਥੇ ਕੋਈ ਹਾਥੀ ਮਿਲੇ, ਤੁਹਾਨੂੰ ਇੱਥੇ ਕੋਈ ਮੋਰ ਮਿਲੇ ਜਾਂ ਤੁਹਾਨੂੰ ਹਿਰਨ ਮਿਲੇ, ਕੋਈ ਵੀ ਜਾਨਵਰ ਇਹੋ ਜਿਹਾ ਮਿਲ ਜੇ ਨਾ ਜਿਹੜਾ ਇੱਥੇ, ਕੋਈ ਕਾਟੋ ਆ ਚਾਹੇ ਕੋਈ ਤੋਤਾ ਏ ਚਾਹੇ ਕਬੂਤਰ ਆ, ਸਾਰੇ ਤਰ੍ਹਾਂ ਦੇ ਜਾਨਵਰ ਆ ਜਿਹੜੇ ਉਹ ਮਨੁੱਖ ਤੋਂ ਬਿਲਕੁਲ ਨਹੀਂ ਡਰਦੇ ਅਤੇ ਨਾ ਹੀ ਮਨੁੱਖ 'ਤੇ ਕੋਈ ਹਮਲਾ ਕਰਦੇ ਆ। ਜਿਹੜਾ ਹਾਥੀ ਰੱਖਿਆ ਉਹ ਫੀਮੇਲ ਆ, ਹਥਨੀ ਆ, ਅਤੇ ਉਹ ਸਾਰੀ ਦਿਹਾੜੀ ਜੰਗਲ ਦੇ ਵਿੱਚ ਖੁੱਲ੍ਹੀ ਹੁੰਦੀ ਆ, ਉਸ ਟਾਈਮ ਹੀ ਉਹਨੂੰ ਬੰਨ੍ਹ ਕੇ ਰੱਖਿਆ ਜਾਂਦਾ, ਨਹੀਂ ਉਹ ਜੰਗਲ ਦੇ ਵਿੱਚ ਬਾਬਾ ਜੀ ਹੁਣੀ ਦੱਸਦੇ ਆ ਕਿ ਉਹ ਖੁੱਲ੍ਹੀ ਹੋਈ ਹੁੰਦੀ ਆ, ਐਂ ਕੋਈ ਨੁਕਸਾਨ ਨਹੀਂ ਕਰਦੀ ਜਾਂ ਕਿਸੇ ਹੋਰ ਦੂਸਰੇ ਜਾਨਵਰਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੀ। ਮਤਲਬ 20-25 ਸਾਲ ਤੋਂ ਇਸੇ ਜਗ੍ਹਾ ਦੇ ਵਿੱਚ ਰਹਿੰਦੀ ਕਰਕੇ ਅਤੇ ਉਹਨੂੰ ਲੱਗਦਾ ਕਿ ਉਹ ਮੇਰ ਕੋਈ ਆ। ਬਾਕੀ ਨੁਕਸਾਨ ਪਹੁੰਚਾਉਣ ਨੂੰ ਤਾਂ ਜਿਵੇਂ ਕਹਿੰਦੇ ਹੁੰਦੇ ਆ ਬੰਦਾ ਹੀ ਕਾਫੀ ਆ ਪ੍ਰਕਿਰਤੀ ਦਾ, ਜਾਨਵਰਾਂ ਨੂੰ ਤਾਂ ਭਾਵੇਂ ਤੁਸੀਂ ਕਿਸੇ ਜਗ੍ਹਾ ਦੇ ਵਿੱਚ ਜੰਗਲ ਬਣਾ ਕੇ 100 ਸਾਲ ਲਈ ਛੱਡ ਦਿਓ ਤਾਂ ਤੁਸੀਂ ਵੇਖੋਗੇ ਕਿ ਕੋਈ ਪ੍ਰਕਿਰਤੀ ਨੂੰ, ਪਾਣੀ ਦੇ ਸਰੋਤਾਂ ਨੂੰ ਜਾਂ ਹਵਾ ਨੂੰ ਜਾਂ ਉੱਥੋਂ ਦੇ ਵਾਤਾਵਰਣ ਨੂੰ, ਉੱਥੋਂ ਦੇ ਜਾਨਵਰ ਨੁਕਸਾਨ ਨਹੀਂ ਪਹੁੰਚਾਉਣਗੇ। ਅਤੇ ਉਸੇ ਜੰਗਲ ਦੇ ਵਿੱਚ 5-7 ਆਪਾਂ ਕਹਿ ਲਈਏ ਕਿ ਸਾਲਾਂ ਵਾਸਤੇ, 10 ਸਾਲਾਂ ਵਾਸਤੇ ਬੰਦੇ ਛੱਡ ਦਿਓ 10, ਤਾਂ ਫਿਰ ਤੁਹਾਨੂੰ ਨਾ ਉੱਥੇ ਪਾਣੀ ਥਿਆਵੇ ਅਤੇ ਨਾ ਉੱਥੇ ਤੁਹਾਨੂੰ ਜਿਵੇਂ ਕਹਿੰਦੇ ਹੁੰਦੇ ਆ ਹਵਾ ਚੰਗੀ ਥਿਆਵੇ ਅਤੇ ਨਾ ਮਿੱਟੀ ਥਿਆਵੇ ਉੱਥੋਂ ਦੀ ਚੰਗੀ, ਉੱਥੋਂ ਦਾ ਸਭ ਕੁਛ ਹੀ ਉਜਾੜ ਦੂਗਾ। ਇਹੀ ਕੀਤਾ ਆਪਾਂ ਵਾਤਾਵਰਨ ਦੇ ਨਾਲ ਅਤੇ, ਪਰ ਕਿਤੇ ਨਾ ਕਿਤੇ ਜਦੋਂ ਅਸੀਂ ਕੁਦਰਤ ਦੀ ਗੋਦ ਦੇ ਵਿੱਚ ਜਾਂਦੇ ਹਾਂ ਨਾ ਅਤੇ ਉੱਥੇ ਜਾ ਕੇ ਸਾਨੂੰ ਸ਼ਾਂਤੀ ਮਿਲਦੀ ਆ ਅਤੇ ਉਦੋਂ ਫਿਰ ਸਾਨੂੰ ਕੁਦਰਤ ਨਾਲ ਕੀਤੀ ਵਧੀਕੀਆਂ ਦਾ ਅਤੇ ਸ਼ਰਮ ਵੀ ਆਉਂਦੀ ਆ ਕਿ ਹਾਂ ਯਾਰ ਜੇ ਇਸ ਜਗ੍ਹਾ 'ਤੇ ਸ਼ਾਂਤੀ ਆ ਨਾ ਤਾਂ ਫਿਰ ਵਾਕਿਆ ਹੀ ਅਸੀਂ ਬਹੁਤ ਕੁਛ ਉਜਾੜਿਆ, ਫਿਰ ਇਸ ਗੱਲ ਦਾ ਅਹਿਸਾਸ ਹੁੰਦਾ ਜਾ ਕੇ।
ਉਹ ਚੀਜ਼ ਦਾ ਅਹਿਸਾਸ ਹੋਇਆ ਵੀ ਜੇ ਅਸਲ ਦੇ ਵਿੱਚ ਪਤਾ ਕੀ ਆ ਕਿ ਅਸੀਂ ਕਿਸੇ ਸ਼ਾਂਤ ਜਗ੍ਹਾ 'ਤੇ ਜਾ ਕੇ ਅਸੀਂ ਇਹ ਕਹਿ ਦਿੰਦੇ ਹਾਂ ਕਿ ਯਾਰ ਇੱਥੇ ਸ਼ਾਂਤੀ ਬੜੀ ਆ, ਯਾਰ ਇੱਥੇ ਸ਼ਾਂਤੀ ਬੜੀ ਆ। ਅਸਲ ਦੇ ਵਿੱਚ ਉੱਥੇ ਸ਼ਾਂਤੀ ਨਹੀਂ ਹੁੰਦੀ, ਅਸਲ ਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਅਸ਼ਾਂਤੀ ਹੁੰਦੀ ਆ। ਸਾਡੀ ਜ਼ਿੰਦਗੀ ਦੇ ਵਿੱਚ ਹੀ ਹਲਚਲ ਬਹੁਤ ਜ਼ਿਆਦਾ ਹੁੰਦੀ ਆ ਅਤੇ ਸਾਨੂੰ ਉਸ ਜਗ੍ਹਾ 'ਤੇ ਜਾ ਕੇ ਸ਼ਾਂਤੀ ਮਹਿਸੂਸ ਹੁੰਦੀ ਆ। ਅਸਲ ਦੇ ਵਿੱਚ ਉੱਥੇ ਕਿਸੇ ਨੇ ਸ਼ਾਂਤੀ ਨਹੀਂ ਪੈਦਾ ਕੀਤੀ ਹੁੰਦੀ, ਅਸਲ ਦੇ ਵਿੱਚ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅਸ਼ਾਂਤੀ ਅਤੇ ਹਲਚਲ ਹੀ ਜ਼ਿਆਦਾ ਪੈਦਾ ਕਰ ਲਈ ਹੁੰਦੀ ਆ। ਤਾਂ ਕਰਕੇ ਸਾਨੂੰ ਕਿਸੇ ਜਗ੍ਹਾ 'ਤੇ ਜਾ ਕੇ ਲੱਗਦਾ ਕਿ ਯਾਰ ਇੱਥੇ ਸ਼ਾਂਤੀ ਬਹੁਤ ਆ। ਤੁਸੀਂ ਜਾਓਗੇ ਨਾ, ਬਹੁਤ ਸਾਰੀਆਂ ਤਜਰਬਿਆਂ ਲਈ ਤੁਹਾਨੂੰ ਮੈਂ ਖੁੱਲ੍ਹਾ ਸੱਦਾ ਦਿੰਦਾ ਕਿ ਗੁਰਦੁਆਰਾ ਢੱਕੀ ਸਾਹਿਬ ਤੁਸੀਂ ਜਾਓਗੇ ਨਾ, ਦਰਾਹੇ ਦੇ ਐਨ ਲਾਗੇ ਆ, ਕੜਾਣੀ ਕਲਾਂ ਦੇ ਨਾਲ ਰਾੜਾ ਸਾਹਿਬ ਦੇ ਲਾਗੇ ਤੁਸੀਂ ਜਾਓਗੇ ਨਾ, ਅਤੇ ਜਾ ਕੇ ਅਤੇ ਤੁਸੀਂ ਉਸ ਜੰਗਲ ਦੇ ਵਿੱਚ ਨਾਲੇ ਤਾਂ ਚੰਗੇ ਚੰਗੇ ਜਾਨਵਰਾਂ ਦੇ ਜਿਹੜੇ ਸਾਡੇ ਪਿੰਡਾਂ ਦੇ ਵਿੱਚੋਂ ਨਸਲਾਂ ਦੁਰਲੱਭ ਹੀ ਹੋ ਗਈਆਂ, ਸਾਡੇ ਤਾਂ ਇੱਥੇ ਮੋਰ ਨਹੀਂ ਥਿਆਉਂਦੇ, ਅਤੇ ਹੁਣ ਤਾਂ ਅੱਜ ਕੱਲ੍ਹ ਤਾਂ ਪਿੰਡਾਂ ਦੇ ਵਿੱਚੋਂ ਘੋੜੇ ਵੀ ਖਤਮ ਹੋ ਗਏ ਆ, ਅਤੇ ਹੋਰ ਤਾਂ ਚੀਜ਼ਾਂ ਥਿਆਉਣੀਆਂ ਕੀ ਆ, ਅਤੇ ਤੁਹਾਨੂੰ ਦੁਰਲੱਭ ਚੀਜ਼ਾਂ ਮਿਲਣਗੀਆਂ ਅਤੇ ਬਹੁਤ ਹੀ ਚੰਗੇ ਹਾਲਾਤ ਦੇ ਵਿੱਚ, ਅਤੇ ਬੜੇ ਖੁਸ਼ ਮਿਲਣਗੇ ਆਪਣੇ ਵਾਤਾਵਰਨ ਦੇ ਵਿੱਚ ਸਾਰੇ ਜਾਨਵਰ। ਅਤੇ ਨੰਬਰ ਦੋ 'ਤੇ ਉੱਥੇ ਤੁਹਾਨੂੰ ਜੋ ਵੀ ਮਾਹੌਲ ਮਿਲੂਗਾ, ਲੰਗਰ ਪਾਣੀ ਲਈ ਬਣੇ ਹਾਲ ਮਿਲਣਗੇ ਜਾਂ ਹੋਰ ਮਿਲਣਗੇ, ਉਹ ਵੀ ਸਾਰੇ ਕੱਚੇ। ਐਵੇਂ ਤੁਹਾਨੂੰ ਮਹਿਸੂਸ ਹੋਊਗਾ ਵੀ ਅਸੀਂ ਕਿਸੇ ਦੁਨੀਆ ਅਲੱਗ ਦੁਨੀਆ ਦੇ ਵਿੱਚ ਆ ਗਏ ਹਾਂ। ਆਪਾਂ ਬਾਬਾ ਕੜਾਕਾ ਸਿੰਘ ਜੀ ਹੁਣਾਂ ਨਾਲ ਹੁਣ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਇਹਨਾਂ ਘੋੜਿਆਂ ਬਾਰੇ, ਕਿ ਕਿਉਂਕਿ ਮੈਂ ਤੁਹਾਨੂੰ ਹੋਰ ਉਰੇ ਪਰੇ ਦੀਆਂ ਗੱਲਾਂ ਹੀ ਦੱਸ ਰਿਹਾ, ਮੈਂ ਤੁਹਾਨੂੰ ਆਹ ਘੋੜਿਆਂ ਬਾਰੇ ਜਾਣਕਾਰੀ ਫਿਲਹਾਲ ਨਹੀਂ ਦਿੱਤੀ ਕਿ ਕਿਹੜਾ ਘੋੜਾ ਕਿੱਥੋਂ ਦਾ, ਕਿਹੜੀ ਨਸਲ ਆ, ਅਤੇ ਉਹ ਸਾਰੀ ਜਾਣਕਾਰੀ ਹੁਣ ਤੁਹਾਨੂੰ ਉਪਲਬਧ ਕਰਾਉਂਦੇ ਹਾਂ। ਕਿਉਂਕਿ ਅੱਗੇ ਆਪਾਂ ਹਰੇਕ ਵੀਡੀਓ ਦੇ ਵਿੱਚ ਐਵੇਂ ਕਰਦੇ ਹੁੰਦੇ ਹਾਂ ਕਿ ਆਪਾਂ ਘੋੜਿਆਂ ਬਾਰੇ ਜ਼ਰੂਰ ਦੱਸਦੇ ਹੁੰਦੇ ਹਾਂ ਦੋਸਤਾਂ ਨੂੰ ਕਿ ਕਿਹੜਾ ਘੋੜਾ ਕਿੱਥੋਂ ਆਇਆ ਅਤੇ ਕਿਹੜਾ ਘੋੜਾ ਕਿਹਦਾ ਪੁੱਤ ਆ। ਆਪਾਂ ਖਾਨਦਾਨ ਬਾਰੇ ਵੀ ਗੱਲਬਾਤ ਕਰਦੇ ਹੁੰਦੇ ਹਾਂ, ਅਤੇ ਅਸੀਂ ਵੀ 2-3 ਮਿੰਟ ਲਏ ਸੀ ਬਾਬਾ ਜੀ ਹੁਣਾਂ ਦੇ। ਅਤੇ ਵੈਸੇ ਸਭ ਤੋਂ ਵੱਡੀ ਗੱਲ ਹੀ ਸਾਡੇ ਲਈ ਇਹ ਹੋਈ ਕਿ ਉੱਥੇ ਢੱਕੀ ਸਾਹਿਬ ਮਤਲਬ ਜਿਹੜੇ ਸੇਵਾਦਾਰ ਆ, ਜਿਹੜੇ ਘੋੜਿਆਂ ਦੀ ਸੇਵਾ ਕਰਦੇ ਆ ਬਾਬਾ ਜੀ ਹੋਣੀ, ਉਹਨਾਂ ਕੋਲ ਸਮਾਂ ਬਹੁਤ ਘੱਟ ਸੀ, ਪਰ ਉਹਨਾਂ ਨੇ ਫਿਰ ਵੀ ਸਾਡੇ ਨਾਲ ਬਹੁਤ ਜ਼ਿਆਦਾ ਸਮਾਂ ਬਿਤਾਇਆ। ਸਾਨੂੰ ਇਕੱਲੇ ਇਕੱਲੇ ਜਾਨਵਰ ਬਾਰੇ ਐਨ ਤਸੱਲੀ ਦੇ ਨਾਲ ਜਾਣਕਾਰੀ ਦਿੱਤੀ। ਕੁਛ ਚੀਜ਼ਾਂ ਜਿਹੜੀਆਂ ਕੈਮਰੇ 'ਚ ਰਿਕਾਰਡ ਹੋਈਆਂ, ਬਹੁਤੀਆਂ ਚੀਜ਼ਾਂ ਨਹੀਂ ਵੀ ਰਿਕਾਰਡ ਹੋਈਆਂ, ਪਰ ਤੁਹਾਨੂੰ ਜਿੰਨੀਆਂ ਰਿਕਾਰਡ ਹੋਈਆਂ ਉਹ ਸਾਰੀਆਂ ਸੁਣਾਉਂਦੇ ਹਾਂ। ਆ ਜੋ ਬਾਬਾ ਜੀ ਹੁਣਾਂ ਨਾਲ ਕਰਦੇ ਹਾਂ ਗੱਲਬਾਤ, ਅਤੇ ਲਾਸਟ ਤੱਕ ਵੀਡੀਓ ਦੇਖਿਓ ਅਤੇ ਦੱਸਿਓ ਕਿਵੇਂ ਲੱਗੇ ਗੁਰਦੁਆਰਾ ਢੱਕੀ ਸਾਹਿਬ ਦੇ ਜਾਨਵਰ। ਆ ਜਾਓ ਕਰਦੇ ਹਾਂ ਗੱਲ ਬਾਬਾ ਜੀ ਹੁਣਾਂ ਨਾਲ। ਹਾਂਜੀ, ਆਪਾਂ ਨਾ ਬਾਬਾ ਜੀ ਹੁਣਾਂ ਨਾਲ ਗੱਲ ਕਰ ਲੈਂਦੇ ਹਾਂ ਕਿ ਜਾਨਵਰਾਂ ਬਾਰੇ ਬਾਬਾ ਜੀ ਹੁਣਾਂ ਤੋਂ ਪੁੱਛਦੇ ਹਾਂ। ਬਾਬਾ ਜੀ, ਜਿਹੜਾ ਸਾਰਿਆਂ ਨੂੰ ਪਹਿਲਾਂ ਨੁਕਰਾ ਘੋੜਾ ਤੁਸੀਂ ਸਾਨੂੰ ਦਿਖਾਇਆ ਸੀ, ਉਹ ਕਿਹੜਾ ਕਿਹੜੇ ਖਾਨਦਾਨ 'ਚੋਂ ਆ? ਉਹ ਜੀ ਆਪਣੇ ਕਾਲੀ ਘੋੜੀ ਦਾ ਬੱਚਾ ਜੀ ਉਹ ਜੀ, ਅਤੇ ਆਪਣੇ ਇੱਥੇ ਨੇੜੇ ਆਪਣੇ ਨਹਿਰ 'ਤੇ ਗਿੱਲਾਂ ਪਿੰਡ ਆ ਜੀ, ਜੀ ਦੀਪਾ ਗਿੱਲਾਂ ਵਾਲਾ ਜੀ, ਉਹਦੇ ਘੋੜੇ ਦਾ ਬੱਚਾ ਜੀ। ਜੀ ਜੀ ਜੀ, ਉਹਨਾਂ ਆਪਣੇ ਇੱਥੋਂ ਸੇਵਾਦਾਰ ਨੇ ਬਾਣੀ ਨਗਰ ਤੋਂ, ਉਹਨਾਂ ਨੇ ਘੋੜਾ ਭੇਟ ਕੀਤਾ ਜੀ। ਅੱਛਾ, ਉਹਨਾਂ ਨੇ ਭੇਟ ਕੀਤਾ ਸੀ। ਅਤੇ ਬਾਬਾ ਜੀ, ਜਿਹੜਾ ਦੂਸਰੇ ਨੰਬਰ 'ਤੇ ਘੋੜਾ ਆਇਆ ਸੀਗਾ ਇੱਕ ਨੀਲਾ, ਹਾਂ ਜੀ, ਅਤੇ ਉਹ ਕਿਹੜਾ, ਉਹ ਕਿਹੜੇ ਖਾਨਦਾਨ 'ਚੋਂ? ਉਹ ਜੀ ਮੱਝੂ ਹੀ ਖਿਲਾਉਂਗਾ ਆਪਣੇ ਬਲੱਡ ਲਾਈਨ 'ਚੋਂ। ਉਹ ਮੱਝੂ ਕੇ ਲਾਈਨ 'ਚੋਂ? ਹਾਂ ਜੀ ਹਾਂ। ਕਮਾਲ ਹੋ ਗਈ, ਬਹੁਤ ਸੋਹਣਾ ਘੋੜਾ। ਕਿਹੜੇ ਦਾ ਬੱਚਾ ਉਹ? ਉਹ ਜੀ ਬੱਚਾ ਇੱਕ ਨੇ ਭੇਟ ਕੀਤਾ ਜੀ ਉਹ ਜੀ। ਅੱਛਾ, ਭੇਟ ਕੀਤਾ ਜੀ ਉਹ ਆਪਣੇ ਪੈਲ ਤੋਂ ਨੇ, ਨਰਿੰਦਰ ਸਿੰਘ ਬਾਈ ਹੋਣੀ ਜੀ, ਉਹਨਾਂ ਨੇ ਇੱਥੇ ਦੇਖ ਕੇ ਘੋੜਿਆਂ ਦਾ ਪਿਆਰ, ਉਹਨਾਂ ਨੇ ਭੇਟ ਕੀਤਾ ਜੀ ਘੋੜਾ ਜੀ। ਕਿਆ ਬਾਤ ਆ ਬਾਬਾ ਜੀ, ਬਹੁਤ ਸ਼ਿੰਗਾਰ ਆ ਉਸ ਵੱਲ ਦਾ। ਹਾਂ ਜੀ, ਅਤੇ ਇੱਕ ਉਸ ਤੋਂ ਬਾਅਦ ਬਛੇਰਾ ਆਇਆ ਸੀ ਨੁਕਰਾ, ਹਾਂ ਜੀ, ਪੋਟਲੈਸ, ਹਾਂ ਜੀ, ਉਹ ਕਿਹਦਾ ਬੱਚਾ? ਉਹ ਜੀ ਹੈਗਾ ਜੀ ਆਪਣੇ ਪ੍ਰਿੰਸ ਦਾ ਬੱਚਾ ਜੀ। ਠੀਕ ਹੈ ਜੀ, ਉਹ ਵੀ ਆਪਣੇ ਇੱਥੇ ਸੇਵਾਦਾਰ ਨੇ ਭੇਟ ਕੀਤਾ ਸੀ ਸੰਗਤ। ਠੀਕ ਠੀਕ ਹੈ ਜੀ, ਬਹੁਤ ਸੋਹਣਾ ਬੱਚਾ ਉਹ ਵੀ, ਕਮਾਲ ਆ। ਅਤੇ ਇੱਕ ਬਾਬਾ ਜੀ ਆਹ ਜਿਹੜਾ ਆਪਣੇ ਕੋਲ ਖੜਾ ਇਹ ਬੱਚਾ, ਇਹ ਜੀ ਆਪਣੇ ਦਾਨੇ ਦਾ ਬੱਚਾ ਜੀ, ਜੀ ਜਿਹੜਾ ਮੇਰ ਨੇ ਆਪਣੇ ਹੈਗਾ ਜੀ ਭੋਲੂ ਬਾਈ ਹੋਣੀ ਜੀ, ਜੀ ਉਹਦੇ ਘੋੜੇ ਦਾ ਬੱਚਾ ਜੀ ਇਹ, ਜੀ ਜੀ, ਅਤੇ ਬੱਚੀ ਇਹਦੀ ਮਾਂ ਜੀ ਆਪਣੇ ਘਰ ਦੀ ਬੱਚੀ ਆ ਜੀ ਉਹ। ਅੱਛਾ, ਉਹ ਇੱਥੇ ਪੈਦਾ ਹੋਇਆ? ਹਾਂ ਜੀ। ਅੱਛਾ, ਇਹ ਇੱਥੇ ਪੈਦਾ? ਇਹਦੀ ਮਾਂ ਇਹਦੀ ਉਹ ਵੀ ਇੱਥੇ ਪੈਦਾ ਹੋਈ ਆ ਜੀ, ਜਦੋਂ ਮਾਂ ਪੁਰਸ਼ਾਂ ਨੇ ਇੱਥੇ ਚਰਨ ਪਾਏ ਢੱਕੀ ਦੇ ਜੰਗਲ 'ਚ ਮੰਗਲ ਲਾਏ ਨੇ ਜੀ, ਜਦੋਂ ਘੋੜਿਆਂ ਦਾ ਮੁੱਢ ਸ਼ੁਰੂ ਕੀਤਾ ਜੀ ਜੀ, ਇੱਥੇ ਬਰਮਾਲੀਪੁਰ ਤੋਂ ਦੀਵਾਨ ਲਾਏ ਸੀ ਕਿਸੇ ਸੰਗਤ ਦੇ ਬੰਦੇ ਨੇ ਜੀ, ਸੰਗਤ ਨੇ ਦੀਵਾਨ ਲਾਏ ਸੀਗੇ ਜੀ,
ਉੱਥੇ ਉਹਨਾਂ ਨੇ ਲਾਲ ਘੋੜੀ ਭੇਟ ਕੀਤੀ ਸੀਗੀ ਜੀ 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 ਉਹਦਾ ਖਾਨਦਾਨ ਅੱਗੇ ਤੁਰਿਆ ਆਉਂਦਾ ਸੀ ਠੀਕ ਹੈ ਜੀ ਠੀਕ ਹੈ ਜਦੋਂ ਪਹਿਲੇ ਜਿਵੇਂ ਆਪਾਂ ਕਹਿੰਦੇ ਨਾ ਮੈਂ ਪਹਿਲਾਂ ਵੀ ਤੁਹਾਡੇ ਇੱਥੇ ਆ ਕੇ ਪਤਾ ਲੱਗਿਆ ਮੈਨੂੰ ਕਿ ਜਿਹੜੀ ਲਾਲ ਘੋੜੀ ਆ ਉਹ ਪਹਿਲੀ ਘੋੜੀ ਸੀਗੀ ਪਹਿਲੀ ਘੋੜੀ ਹਾਂ ਹਾਂਜੀ ਤੇ ਬਾਬਾ ਜੀ ਨਾ ਤੁਹਾਡੀ ਸੇਵਾ ਸੰਭਾਲ ਦੇਖ ਕੇ ਐਨ ਰੂਹ ਜਿਵੇਂ ਕਹਿੰਦੇ ਨਾ ਖਿੜ ਗਈ ਵੀ ਸਵਾਦ ਆ ਗਿਆ ਤੇ ਬਹੁਤ ਧੰਨਵਾਦ ਤੁਸੀਂ ਸਾਡੇ ਵਾਸਤੇ ਇੰਨਾ ਸਮਾਂ ਦਿੱਤਾ ਕਿਉਂਕਿ ਇੱਥੇ ਰਜੇਵੇਂ ਕਾਫੀ ਆ ਤੁਹਾਡੇ ਵੱਡੇ ਆ ਬਹੁਤ ਬਹੁਤ ਧੰਨਵਾਦ ਬਾਕੀ ਹੋਰ ਵੀ ਜਿਹੜਾ ਕੁਛ ਵੀ ਹੈਗਾ ਇੱਥੇ ਦੇਖਦੇ ਮਾਣਦੇ ਜੀ ਥੈਂਕ ਯੂ ਸਰ ਥੈਂਕ ਯੂ ਬਾਈ ਜੇ ਤਾਂ ਸੱਚੀ ਆ ਗਿਆ ਸਰੂਰ ਵੇਖ ਕੇ ਫਿਰ ਤਾਂ ਬਾਈ ਸ਼ੇਅਰ ਮਾਰ ਦਿਓ ਅਤੇ ਨਹੀਂ ਬਾਈ ਤੁਹਾਡੀ ਮਰਜ਼ੀ ਆ ਮੇਰਾ ਕਿਹੜਾ ਫਿਰ ਜ਼ੋਰ ਆ ਠੀਕ ਆ ਕਿ ਨਹੀਂ ਬਈ ਬਸ ਮੇਰੀ ਤਾਂ ਇੱਕ ਬੇਨਤੀ ਸੀ ਪਰ ਹਾਂ ਮੈਂ ਮਾੜੀ ਜਿਹੀ ਨਜ਼ਰ ਤੁਹਾਡੀ ਇੱਕ ਤਾਂ ਇਹ 'ਤੇ ਮਰਾ ਦਿੰਦਾ ਤੁਹਾਡੀ ਬਈ ਨਾ ਜਾਨਵਰ ਉੱਥੇ ਨਾ ਜਿਹੜੇ ਬਛੇਰੀਆਂ ਬਛੂਰੀਆਂ ਸਾਰੇ ਜਮਾਂ ਹੀ ਨਹੀਂ ਡਰਦੇ ਆਹ ਵੇਖੋ ਜਿਵੇਂ ਆਪਣੇ ਘਰ ਦੇ ਘੋੜੇ ਨਹੀਂ ਆ ਕੇ ਆਪਣੇ ਘੋੜੇ ਖੜ੍ਹ ਜਾਂਦੇ ਹੁੰਦੇ ਆਏ ਤਾਂ ਉਹ ਕਰਦੇ ਜਾਨਵਰ ਅਤੇ ਦੂਜੀ ਗੱਲ ਹੁਣ ਇੱਕ ਸ਼ਿਕਵਾ ਹੋਰ ਸੱਜਣਾ ਦਾ ਆਊਗਾ ਬਹੁਤ ਵੱਡਾ ਜਿਹੜਾ ਆਉਣਾ ਵੀ ਬਾਈ ਹਾਥੀ ਬਾਰੇ ਨਹੀਂ ਜਾਣਕਾਰੀ ਦਿੱਤੀ ਈਮੋ ਬਾਰੇ ਨਹੀਂ ਜਾਣਕਾਰੀ ਦਿੱਤੀ ਕਬੂਤਰ ਨਹੀਂ ਦਿਖਾਏ ਕੁੱਕੜ ਨਹੀਂ ਦਿਖਾਏ ਜੰਗਲੀ ਉਹਨਾਂ ਬਾਰੇ ਤੁਹਾਨੂੰ ਇੱਕੋ ਹੀ ਗੱਲ ਦੱਸ ਦਿੰਦਾ ਹਰਭੇਜ ਸਿੱਧੂ ਦਾ ਚੈਨਲ ਆਪਣੇ ਦਾ ਚੈਨਲ ਤੁਸੀਂ ਸਾਰੇ ਵੇਖਦੇ ਆ ਅਤੇ ਭਰਾ ਬਣ ਕੇ ਹਰਭੇਜ ਸਿੱਧੂ ਕੋਲ ਸਾਰੀਆਂ ਵੀਡੀਓ ਬਣੀਆਂ ਹੋਈਆਂ ਵਿਰਾਸਤੀ ਘਰ ਦੀ ਹਾਥੀ ਦੀ ਈਮੂ ਦੀ ਕਬੂਤਰਾਂ ਦੀ ਕੁੱਕੜਾਂ ਦੀ ਜੰਗਲ ਦੇ ਵਿੱਚ ਹਿਰਨਾਂ ਦੀ ਹੋਰ ਜਿੰਨੇ ਵੀ ਨਿੱਕੇ ਮੋਟੇ ਜਾਨਵਰ ਮੋਰਾਂ ਦੀ ਸਾਰਿਆਂ ਦੀ ਵੀਡੀਓ ਹਰਭੇਜ ਸਿੱਧੂ ਦੇ ਚੈਨਲ 'ਤੇ ਜਾ ਵੜਿਓ ਉੱਥੇ ਤੁਹਾਨੂੰ ਮਿਲ ਜੂਗੀ ਸਾਰੇ ਤਰ੍ਹਾਂ ਦੇ ਜਾਨਵਰਾਂ ਦੀ ਫਿਲਹਾਲ ਤੁਹਾਨੂੰ ਮੈਂ ਤਾਂ ਝਲਕਾਂ ਵਿਖਾਈਆਂ ਆਹ ਅਤੇ ਘੋੜੇ ਦਿਖਾਉਣਾ ਮੇਰੀ ਜ਼ਿੰਮੇਵਾਰੀ ਸੀਗੀ ਕਿਉਂਕਿ ਮੈਨੂੰ ਜ਼ਿਆਦਾਤਰ ਘੋੜਿਆਂ ਦੇ ਨਾਂ ਨਾ ਜਾਣਿਆ ਜਾਂਦਾ ਇਸ ਕਰਕੇ ਮੈਂ ਫਿਰ ਉਹ ਚੀਜ਼ ਦਿਖਾਤੀ ਬਾਕੀ ਜਿਹੜੀਆਂ ਚੀਜ਼ਾਂ ਹਾਥੀ ਜਾਂ ਹਿਰਨ ਜਾਂ ਈਮੂ ਇਹ ਹਰਭੇਜ ਸਿੱਧੂ ਦੇ ਚੈਨਲ 'ਤੇ ਦੇਖ ਲਿਓ ਲਾਸਟ ਦੇ ਵਿੱਚ ਘੋੜਿਆਂ ਨਾਲ ਬੇਪਨਾਹ ਮੁਹੱਬਤ ਦੀ ਜਿਹੜੀ ਤੁਹਾਨੂੰ ਇੱਕ ਗੱਲ ਬੜਾ ਹੈਰਾਨ ਕਰੂਗੀ ਕਿ ਬਾਬਾ ਦਰਸ਼ਨ ਸਿੰਘ ਜੀ ਜਿਹੜੇ ਇਸ ਜਗ੍ਹਾ ਦੇ ਮੁੱਖ ਸੇਵਾਦਾਰ ਆ ਉਹਨਾਂ ਦੀ ਦੱਸਦਾ ਕਿ ਉਹ ਇਸ ਘੋੜੇ ਨੂੰ ਜਿਹੜਾ ਤੁਹਾਡੇ ਸਾਹਮਣੇ ਆ ਇਹਨੂੰ ਬੇਪਨਾਹ ਮੁਹੱਬਤ ਕਰਦੇ ਸੀ ਇਹ ਘੋੜਾ ਪਿੱਛੇ ਜੇ ਚੜ੍ਹਾਈ ਕਰ ਗਿਆ ਸੀ ਉਸ ਤੋਂ ਬਾਅਦ ਅੱਜ ਤੱਕ ਉਸ ਘੋੜੇ ਨੂੰ ਬੜੇ ਮੁਹੱਬਤ ਨਾਲ ਯਾਦ ਕਰਦੇ ਆ ਬਾਬਾ ਦਰਸ਼ਨ ਸਿੰਘ ਜੀ ਅੱਜ ਵੀ ਉਮੀਦ ਕਰਦੇ ਆ ਕਿ ਇਹ ਘੋੜਾ ਉਹਨਾਂ ਦੇ ਕੋਲ ਵਾਪਸ ਆਊਗਾ।